ਬੀਤੇ ਦਿਨੀ ਦਿੱਲੀ ਦੇ ਵਿੱਚ ਆਰਐਸਐਸ ਵੱਲੋਂ ਜੋ ਸਿੱਖ ਸੰਮੇਲਨ ਕਰਵਾਇਆ ਗਿਆ ਉਸ ਦਾ ਵਿਰੋਧ ਸਾਰੇ ਸਿੱਖ ਜਗਤ ਵਿੱਚ ਪਾਇਆ ਜਾ ਰਿਹਾ ਹੈ। ਤੇ ਜੇ ਗੱਲ ਕੀਤੀ ਜਾਵੇ ਕਿ ਆਰਐਸਐਸ ਨੇ ਅਜਿਹਾ ਕਿਉਂ ਕੀਤਾ, ਸਿੱਖ ਰਹਿਤ ਮਰਿਆਦਾ ਦੇ ਉਲਟ ਅਜਿਹੇ ਪ੍ਰੋਗਰਾਮ ਕਿਉਂ ਕਰਵਾਇਆ ਗਿਆ, ਇਸ ਬਾਰੇ ਜ਼ਿਆਦਾ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ। ਢਿੱਲੋਂ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮਿਹਰਬਾਨੀ ਜੀ, ਬਹੁਤ ਧੰਨਵਾਦ ਤੁਹਾਡਾ। ਜੋ ਬੀਤੇ ਦਿਨੀ ਆਰਐਸਐਸ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ, ਤੁਸੀਂ ਕੀ ਕਾਰਨ ਮੰਨਦੇ ਹੋ? ਦੇਖੋ, ਆਰਐਸਐਸ ਦਾ ਇੱਕ ਬੜਾ ਕਲੀਅਰ ਏਜੰਡਾ ਸਿੱਖਾਂ ਪ੍ਰਤੀ ਕਿ ਸਿੱਖਾਂ ਦੀ ਧਾਰਮਿਕ ਆਜ਼ਾਦ ਹਸਤੀ ਨੂੰ ਮਲੀਅਮੇਟ ਕਰਨਾ ਔਰ ਉਹਨੂੰ ਹਿੰਦੂਇਜ਼ਮ ਦੇ ਵਿੱਚ ਜਜ਼ਬ ਕਰ ਲੈਣਾ। ਇਹ ਅੱਜ ਤੋਂ ਨਹੀਂ, 1925 ਤੋਂ ਜਦੋਂ ਦੀ ਆਰਐਸਐਸ ਹੋਂਦ 'ਚ ਆਈ ਆ ਉਸ ਤੋਂ ਹੀ ਉਸ ਵੇਲੇ ਇਹਨਾਂ ਦੇ ਏਜੰਡੇ ਦੇ ਵਿੱਚ ਇਹ ਚੀਜ਼ ਰੱਖੀ ਗਈ ਸੀ। ਉਸ ਏਜੰਡੇ ਨੂੰ ਲੈ ਕੇ ਇਹ ਲਗਾਤਾਰ ਚੱਲਦੇ ਆ ਰਹੇ ਆ ਔਰ ਬਦਕਿਸਮਤੀ ਇਹ ਆ ਸਿੱਖਾਂ ਲਈ ਕਿ ਸਿੱਖਾਂ ਦੀ ਜਿਹੜੀ ਸਿਆਸੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ, ਉਹ ਤਾਂ ਹੁਣ ਖਤਮ ਹੀ ਹੋ ਚੁੱਕੀ ਆ ਆਲਮੋਸਟ। ਉਹ ਬਾਹਰੀ ਤੌਰ ਦੇ ਉੱਤੇ ਚਾਹੇ ਆਪਣੀ ਦਿੱਖ ਵੱਖਰੀ ਬਣਾਉਣ ਦੀ ਕੋਸ਼ਿਸ਼ ਕਰਨ, ਪਰ ਅੰਦਰੂਨੀ ਤੌਰ 'ਤੇ ਸਾਰੀ ਦੁਨੀਆ ਜਾਣਦੀ ਹੈ ਕਿ ਉਹ ਆਰਐਸਐਸ ਦੇ ਨਾਲ ਜੁੜੇ ਹੋਏ ਆ। ਆਪਣੇ ਜ਼ਾਤੀ ਮਫਾਦਾਂ ਲਈ, ਆਪਣੇ ਜਿਹੜੇ ਬੱਚਿਆਂ ਦੇ ਫਿਊਚਰ ਆ ਪੋਲੀਟਿਕਸ ਦੇ ਵਿੱਚ, ਉਹਦੇ ਲਈ ਉਹ ਆਰਐਸਐਸ ਤੋਂ ਮੁਨਕਰ ਨਹੀਂ ਹੋ ਸਕਦੇ। ਤੋ ਜਿਸ ਤਰ੍ਹਾਂ ਹੁਣ ਜਿਹੜੀ ਬਾਦਲ ਸਾਹਿਬ ਦੀ ਡਾਟਰ ਇਨ ਲਾ ਉਹ ਸੈਂਟਰ 'ਚ ਮਿਨਿਸਟਰ ਬਣੀ ਹੋਈ ਆ, ਤੋ ਉਹ ਕਿਸੇ ਹੱਦ ਤੱਕ ਦਿਖਾਵੇ ਦੇ ਤੌਰ ਦੇ ਉੱਤੇ ਭਾਵੇਂ ਓਪੋਜੀਸ਼ਨ ਕਰਨ ਆਰਐਸਐਸ ਦੀ, ਪਰ ਅੰਦਰੂਨੀ ਤੌਰ 'ਤੇ ਉਹਨਾਂ ਦਾ ਮਨੋਬਲ ਟੋਟਲੀ ਟੁੱਟ ਚੁੱਕਿਆ ਹੈ। ਲੋਕ ਉਹਨਾਂ ਨੂੰ ਨਕਾਰ ਚੁੱਕੇ ਆ, ਲੋਕ ਉਹਨਾਂ ਦੀ ਅਸਲੀਅਤ ਪਹਿਚਾਣ ਚੁੱਕੇ ਆ। ਤੋ ਇਸ ਵੇਲੇ ਜ਼ਰੂਰਤ ਆ ਕਿ ਸਾਰਾ ਸਿੱਖ ਸਮੁੱਚਾ ਜਗਤ, ਚਾਹੇ ਦੇਸ਼ ਦੇ ਹਿੰਦੁਸਤਾਨ 'ਚ ਵੱਸ ਰਿਹਾ ਚਾਹੇ ਹਿੰਦੁਸਤਾਨ ਤੋਂ ਬਾਹਰ, ਉਹ ਆਰਐਸਐਸ ਦੀਆਂ ਨੀਤੀਆਂ ਤੋਂ ਜਾਗਰੂਕ ਹੋ ਜਾਣ, ਨਹੀਂ ਤਾਂ ਬਹੁਤ ਵੱਡਾ ਖਤਰਾ ਹੈ। ਕਿਉਂਕਿ ਜੀ ਜੀ ਜੋ ਕੱਲ੍ਹ ਦਿੱਲੀ ਦੇ ਵਿੱਚ ਸੰਮੇਲਨ ਹੋਇਆ, ਤੁਸੀਂ ਉਹਦੇ ਬਾਰੇ ਕੀ ਕਹੋਗੇ? ਦੇਖੋ, ਉਹ ਸੰਮੇਲਨ ਉਹਨਾਂ ਨੇ ਜਾਣ ਬੁੱਝ ਕੇ ਕੀਤਾ ਤਾਂ ਕਿ ਸਿੱਖਾਂ ਨੂੰ ਇਹ ਦਰਸਾਇਆ ਜਾਵੇ ਕਿ ਸਾਡੇ ਕੋਲ ਸਿਆਸੀ ਤਾਕਤ ਆ ਔਰ ਅਸੀਂ ਸਿਆਸੀ ਤਾਕਤ ਦੇ ਬਲਬੂਤੇ 'ਤੇ ਜੋ ਚਾਹੇ ਉਹ ਕਰ ਸਕਦੇ ਹਾਂ। ਉਹਨਾਂ ਨੇ ਕਾਲੀ ਸੂਚੀ ਦੀ ਵੀ ਗੱਲ ਕੀਤੀ ਆ, ਰਾਜਨਾਥ ਸਿੰਘ ਹੋਮ ਮਿਨਿਸਟਰ ਆਇਆ, ਹੋਰ ਵੀ ਮਿਨਿਸਟਰ ਆਏ, ਇੱਕ ਪੁਰੀ ਜਿਹੜਾ ਸਿੱਖ ਮਿਨਿਸਟਰ ਬਣਾਇਆ ਉਹਨੂੰ ਵੀ ਉੱਥੇ ਲਿਆਂਦਾ ਗਿਆ ਉਹਨਾਂ ਨੇ ਜਾਣ ਬੁੱਝ ਕੇ। ਤੋ ਇਹ ਸਾਰੀ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਵੀ ਸਾਡੇ ਕੋਲ ਸਿਆਸੀ ਤਾਕਤ ਬਹੁਤ ਹੈ ਵੀ ਉਹਨਾਂ ਦੇ ਕੋਲ, ਔਰ ਉਸ ਸਿਆਸੀ ਤਾਕਤ ਦੇ ਬਲਬੂਤੇ ਦੇ ਉੱਤੇ ਅਸੀਂ ਸਿੱਖ ਜਿਹੜੀ ਇਤਿਹਾਸ ਆ ਉਸ ਨੂੰ ਰੀਇੰਟਰਪ੍ਰੈਟ ਕਰ ਰਹੇ ਆ। ਜਿਸ ਤਰ੍ਹਾਂ ਉਹ ਕਹਿ ਰਿਹਾ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਉੱਥੇ ਸਿੱਖ ਗੁਰੂ ਆ, ਉਹਨਾਂ ਨੇ ਤਾਂ ਹਿੰਦੁਸਤਾਨ ਦੀ ਜਿਹੜੀ ਸੱਭਿਆਚਾਰ ਆ, ਹਿੰਦੁਸਤਾਨ ਦੀ ਜਿਹੜੀ ਸੰਸਕ੍ਰਿਤੀ ਆ, ਉਸ ਨੂੰ ਪ੍ਰੋਟੈਕਟ ਕਰਨ ਦੇ ਲਈ ਸਾਰੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ। ਪਰ ਮੈਂ ਤਾਂ ਕਹਿੰਦਾ ਉਹ ਤਾਂ ਗੱਲ ਹੀ ਬਹੁਤ ਛੋਟੀ ਆ, ਹਿੰਦੁਸਤਾਨ ਦੀ ਤਾਂ ਕੋਈ ਆਪਣੀ ਸੰਸਕ੍ਰਿਤੀ ਹੈ ਹੀ ਨਹੀਂ, ਹਿੰਦੁਸਤਾਨ ਦੀ ਕੋਈ ਆਪਣੀ ਪਹਿਚਾਣ ਹੈ ਹੀ ਨਹੀਂ। ਇਹ ਤਾਂ ਅੰਗਰੇਜ਼ਾਂ ਨੇ ਬਣਾਈ, ਅੰਗਰੇਜ਼ਾਂ ਤੋਂ ਪਹਿਲਾਂ ਇਸ ਕਿਸਮ ਦੀਆਂ ਕਿੰਨੀਆਂ ਸਟੇਟਾਂ ਸੀ, 360 ਸਟੇਟਾਂ ਸੀ ਹਿੰਦੁਸਤਾਨ ਦੇ ਵਿੱਚ। ਤੋ ਅੱਜ ਜ਼ਰੂਰਤ ਇਹ ਆ ਕਿ ਉਹ ਆਪਣੀ ਨਵੀਂ ਇੰਟਰਪ੍ਰਟੇਸ਼ਨ ਕਰਕੇ ਸਿੱਖਇਜ਼ਮ ਦੀ ਜਿਹੜੀ ਸਟਰਗਲ ਹੈਗੀ ਆ ਅਗੇਂਸਟ ਇਨਜਸਟਿਸ, ਸਿੱਖਇਜ਼ਮ ਨੇ ਕੋਈ ਮੁਸਲਮਾਨਾਂ ਦੇ ਖਿਲਾਫ਼ ਨਹੀਂ ਕੀਤੀ, ਉਹਨਾਂ ਨੇ ਮੁਸਲਮਾਨਾਂ ਦੇ ਅੱਤਿਆਚਾਰਾਂ ਦੇ ਖਿਲਾਫ਼ ਕੀਤੀ ਆ। ਤਾਂ ਦੂਜੇ ਪਾਸੇ ਜਿਹੜੇ ਹਿੰਦੂ ਹਿੱਲ ਰਾਜੇ ਸੀਗੇ, ਕੱਟੜ ਹਿੰਦੂ ਹਿੱਲ ਰਾਜੇ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਅਤੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੇ ਉੱਤੇ ਬੜੇ ਅੱਤਿਆਚਾਰ ਕੀਤੇ, ਧੋਖਾਧੜੀ ਕੀਤੀ, ਉਹਨਾਂ ਖਿਲਾਫ਼ ਵੀ ਸਾਡੀ ਜੱਦੋਜਹਿਦ ਆ, ਸਾਡੀ ਬ੍ਰਾਹਮਣਿਕਲ ਸਿਸਟਮ ਦੇ ਖਿਲਾਫ਼ ਜੱਦੋਜਹਿਦ ਆ। ਅਸੀਂ ਕਾਸਟ ਸਿਸਟਮ ਨੂੰ ਕਿਸੇ ਹੱਦ ਤੱਕ ਵੀ ਮੰਨ ਨਹੀਂ ਸਕਦੇ, ਉਹ ਕਾਸਟ ਸਿਸਟਮ ਨੂੰ ਕਿਸੇ ਹੱਦ ਤੱਕ ਛੱਡ ਨਹੀਂ ਸਕਦੇ, ਉਹ ਆਈਡਲ ਵਰਸ਼ਿਪਰ ਆ, ਅਸੀਂ ਆਈਡਲ ਤੋੜਨ ਵਾਲੇ ਆ। ਤੋ ਉਹ ਰਿਚੁਅਲਿਸਟਿਕ ਆ, ਅਸੀਂ ਰਿਚੁਅਲਿਸਟਿਕ ਦੇ ਵਿਰੋਧ ਦੇ ਵਿੱਚ ਖੜੇ ਹੋਏ। ਸਾਡਾ ਜਿਹੜਾ ਧਰਮ ਆ, ਸਾਡੀਆਂ ਜਿਹੜੀਆਂ ਰੋ ਰੀਤਾਂ ਹੈ, ਸਾਡਾ ਜਿਹੜਾ ਇਤਿਹਾਸ ਆ, ਓਪੋਜ਼ਡ ਆ ਟੂ ਹਿੰਦੂਇਜ਼ਮ ਦੇ ਨਾਲੋਂ। ਹਿੰਦੂਇਜ਼ਮ ਦੀ ਹਰ ਚੀਜ਼ ਨੂੰ ਅਸੀਂ ਨਕਾਰਦੇ ਹਾਂ। ਸਾਡਾ ਆਪਣਾ ਸਿਧਾਂਤ ਆ, ਸਾਡਾ ਜਿਹੜਾ ਧਰਮ ਆ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ 'ਤੇ ਆਧਾਰਿਤ ਹੈ ਔਰ ਉਸ ਵਿਚਾਰਧਾਰਾ ਦੇ ਉੱਤੇ ਅਸੀਂ ਨਾ ਇੱਧਰ ਜਾ ਸਕਦੇ ਹਾਂ ਨਾ ਉੱਧਰ ਜਾ ਸਕਦੇ ਹਾਂ। ਉਹਨਾਂ ਦੀ ਆਪਣੀ ਇਮੋਰਫਸ ਸਿਸਟਮ ਆ, ਉਹਨਾਂ ਦੀ ਕੋਈ ਚੀਜ਼ ਡਿਫਾਈਨ ਨਹੀਂ ਸਿਵਾਏ ਕਾਸਟ ਇੰਸਟੀਟਿਊਸ਼ਨ ਤੋਂ। ਤੋ ਕਾਸਟ ਇੰਸਟੀਟਿਊਸ਼ਨ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਸ ਹੱਦ ਤੱਕ ਇੱਕ ਬਾਟੇ ਦੇ ਵਿੱਚ ਛੋਟੀਆਂ ਦਲਿਤ ਜਾਤਾਂ ਨੂੰ, ਮੈਂ ਰਾਤ ਵੀ ਕੁਐਸਚਨ ਕੀਤਾ ਸੀ ETV ਦੇ ਉੱਤੇ ਵੀ ਤੁਸੀਂ ਕੋਈ ਅੱਜ ਵੀ ਮੋਹਨ ਭਗਵਤ ਕਿਸੇ ਦਲਿਤ ਸਮਾਜ ਦੇ ਬੰਦੇ ਨਾਲ ਇੱਕ ਜਗ੍ਹਾ ਇੱਕ ਪਿਆਲੇ ਦੇ ਵਿੱਚ ਇੱਕ ਥਾਲੀ ਦੇ ਵਿੱਚ ਰੋਟੀ ਖਾ ਕੇ ਦਿਖਾਵੇ, ਕਿਸੇ ਔਰਤ ਨੂੰ ਪ੍ਰੀਸਟ ਬਣਾ ਕੇ ਦਿਖਾਵੇ, ਕਿਸੇ ਦਲਿਤ ਨੂੰ ਕਿਸੇ ਮੰਦਰ 'ਚ ਲਿਜਾ ਕੇ ਦਿਖਾਵੇ। ਇਹ ਸਾਰੀਆਂ ਉਹਨਾਂ ਦੀਆਂ ਦਿਖਾਵੇ ਦੀਆਂ ਗੱਲਾਂ, ਇਹ ਛਲੀਆ ਗੱਲਾਂ ਹੈਗੀਆਂ, ਛਲ ਰਹੇ ਆ ਸਿੱਖਾਂ ਨੂੰ, ਜਿਹੜੇ ਸਿੱਖਾਂ ਦਾ ਆਪਣਾ ਕੋਈ ਇਮਾਨ ਨਹੀਂ,
ਸਿੱਖਾਂ ਦੀ ਆਪਣੀ ਕੋਈ ਉਹਨਾਂ ਦੀ ਪਹਿਚਾਣ ਨਹੀਂ, ਉਹਨਾਂ ਨੂੰ ਜਿੱਧਰ ਨੂੰ ਮਰਜ਼ੀ ਲਾ ਕੇ ਲੈ ਜਾਂਦੇ ਆ ਇੱਜੜ ਦੀ ਤਰ੍ਹਾਂ, ਭੇਡਾਂ ਦੇ ਇੱਜੜ ਦੀ ਤਰ੍ਹਾਂ। ਉਹੋ ਜਿਹੇ ਕਿਸਮ ਦੇ ਸਿੱਖ ਉੱਥੇ ਗਏ ਆ ਜਿਹੜੇ ਅਣਖ ਵਾਲੇ ਸਮਝਦਾਰ ਸਿਆਣੇ ਸਿੱਖੀ ਨੂੰ ਸਮਰਪਿਤ ਸਿੱਖ ਸੀ, ਉਹਦੇ ਵਿੱਚ ਇੱਕ ਵੀ ਉਸ ਇਜਲਾਸ ਦੇ ਵਿੱਚ ਨਹੀਂ ਗਿਆ। ਇਹ ਗੱਲ ਬੜੀ ਸਿੱਖਾਂ ਲਈ ਤਸੱਲੀ ਬਖਸ਼ ਗੱਲ ਹੈ। ਔਰ ਸਿੱਖਾਂ ਦਾ ਪਬਲਿਕ ਓਪੀਨੀਅਨ ਇੰਨਾ ਸਟਰੋਂਗ ਸੀ ਕਿ ਉਸ ਦੇ ਅੱਗੇ ਈਵਨ ਬਾਦਲ ਨੂੰ ਵੀ ਜਿਸ ਤਰ੍ਹਾਂ ਲਿਪ ਸਰਵਿਸ ਜੀ ਕਰੀਦੀ ਹੁੰਦੀ ਆ ਉਹੀ ਮੂੰਹ ਜਵਾਨੀ ਉਹਨੂੰ ਕਹਿਣਾ ਪਿਆ RSS ਦੇ ਖਿਲਾਫ ਵੀ ਇੱਥੇ ਨਾ ਜਾਓ। ਪਰ ਅੰਦਰੂਨੀ ਤੌਰ 'ਤੇ ਉਹਦੀ ਆਤਮਾ ਕਿਤੇ ਖੜੀ ਸੀ ਕਿਉਂਕਿ ਉਹਦਾ ਸਵਾਰਥ ਉਸ ਦੀ ਵਿਚਾਰਧਾਰਾ ਦੇ ਉੱਤੇ ਉਸ ਦੇ ਖਿਆਲਾਂ ਦੇ ਉੱਤੇ ਹਾਵੀ ਆ। ਤੋ ਉਹ ਉਸ ਕਰਕੇ ਉਹ ਇਸ ਗੱਲ ਨੂੰ ਖੁੱਲ੍ਹ ਕੇ ਅਪੋਜ਼ ਨਹੀਂ ਕਰਦਾ ਕਿਉਂਕਿ ਉਹਦੀ ਨੂੰਹ ਉੱਥੇ ਬੈਠੀ ਆ। ਤੋ ਇਸ ਕਰਕੇ ਸਾਰੀਆਂ ਚੀਜ਼ਾਂ ਨੂੰ ਸਿੱਖਾਂ ਨੂੰ ਵਿਚਾਰ ਲੈਣੀਆਂ ਚਾਹੀਦੀਆਂ, ਸਿੱਖਾਂ ਨੂੰ ਵਿਚਾਰ ਕੇ ਉਸ ਦੇ ਉੱਤੇ ਆਪਣਾ ਬਹੁਤ ਸੁਚੇਤ ਅਤੇ ਸੰਜੀਦਾ ਉਹ ਵਿਚਾਰ ਰੱਖਣਾ ਚਾਹੀਦਾ। ਇਹਨਾਂ ਨਾਲ ਸਾਡਾ ਕੁਛ ਨਹੀਂ, ਇਹ ਸਾਡੇ ਖਿਲਾਫ ਆ, ਇਹ ਸਾਨੂੰ ਖਤਮ ਕਰਨਾ ਚਾਹੁੰਦੇ ਆ, ਸਾਡੀ ਸਿੱਖਾਂ ਦੀ ਆਜ਼ਾਦ ਧਾਰਮਿਕ ਹਸਤੀ ਨੂੰ ਮਲੀਆ ਮੇਟ ਕਰਕੇ ਆਪਣੇ ਵਿੱਚ ਮਿਲਾਉਣਾ ਚਾਹੁੰਦੇ। ਸੋ ਇਹ ਸਨ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ, ਜਿਨ੍ਹਾਂ ਨੇ ਸਾਫ਼ ਕਰ ਦਿੱਤਾ ਹੈ ਕਿ RSS ਨੇ ਇੱਕ ਸਾਜ਼ਿਸ਼ ਤਹਿਤ ਇਹ ਸੰਮੇਲਨ ਕਰਵਾਇਆ ਸੀ। ਕੈਮਰਾਮੈਨ ਜਤਿੰਦਰ ਦੇ ਨਾਲ ਮੈਂ ਗੁਰਿੰਦਰ ਸਿੰਘ, ਗਲੋਬਲ ਪੰਜਾਬ TV।